ਮੋਹਾਲੀ ਜ਼ਿਲ੍ਹੇ ਦੇ ਬਲਟਾਨਾ ਏਰੀਆ ਦੇ ਵਿੱਚ ਲਗਾਤਾਰ ਚੋਰੀ ਲੁੱਟ ਸਨੈਚਿੰਗ ਦੀ ਵਾਰਦਾਤਾਂ ਵੱਧਦੀ ਨਜ਼ਰ ਆ ਰਹੀ। ਇੱਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨਵੀਂ ਗੱਡੀ ਦੇ ਚਾਰੋ ਟਾਇਰ ਅਲੋਏ ਸਮੇਤ ਚੋਰੀ ਕਰ ਜਿਹੜੇ ਚੋਰ ਸੀ ਉਹ ਫਰਾਰ ਹੋ ਗਿਆ। ਹਾਲਾਂਕਿ CCTV 'ਚ ਵੀ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਤ ਕਰੀਬ 3 ਵਜੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਗੱਡੀਆਂ ਨੂੰ ਜਿਹੜਾ ਇੰਟ ਥੱਲੇ ਰੱਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਇਹ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਇੱਕ ਦਿਨ ਪਹਿਲਾਂ ਇੱਕ ਕੁਲਫੀ ਵਾਲੇ ਨੂੰ ਨਿਸ਼ਾਨਾ ਬਣਾਉਂਦੇ ਹੈ, ਦੋ ਜਿਹੜੇ ਨੌਜਵਾਨ ਉੱਥੇ ਆਉਂਦੇ ਕੁੱਟਮਾਰ ਕਰਦੇ ਹੈ ਕੁਲਫੀ ਵਾਲੇ ਤੋਂ, ਅਤੇ ਉਸ ਤੋਂ ਪੈਸੇ ਛਿਨ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਉਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆ ਰਹੀ ਜਿਹਦੇ ਵਿੱਚ ਲੋਕਾਂ 'ਚ ਸਹਿਮ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ। ਹਾਲਾਂਕਿ ਰਾਤ ਨੂੰ ਨਹੀਂ ਬਲਕਿ ਦਿਨ ਦਿਹਾੜੇ ਵੀ ਚੋਰੀ ਦੀ ਵਾਰਦਾਤਾਂ, ਲੁੱਟ ਦੀ ਵਾਰਦਾਤਾਂ, ਸਨੈਚਿੰਗ ਦੀ ਵਾਰਦਾਤਾਂ ਸਾਹਮਣੇ ਆ ਰਹੀ ਹੈ, ਔਰ ਪੁਲਿਸ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਹੈ ਕਿ ਆਖਿਰ ਪੁਲਿਸ ਦੀ ਪੈਟਰੋਲਿੰਗ, ਪੁਲਿਸ ਦੀ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦੀ। ਹਾਲਾਂਕਿ ਲੋਕਾਂ ਦਾ ਗੁੱਸਾ ਜਾਂ ਲੋਕਾਂ 'ਚ ਡਰ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ, ਔਰ ਪੁਲਿਸ 'ਤੇ ਲਗਾਤਾਰ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਕਿ ਕਿਸ ਤਰ੍ਹਾਂ ਪੁਲਿਸ ਦੀ ਇਨਵੈਸਟੀਗੇਸ਼ਨ ਜ਼ੀਰੋ ਹੈ, ਪੁਲਿਸ ਦੀ ਪੈਟਰੋਲਿੰਗ ਜ਼ੀਰੋ ਹੈ, ਜਿਸ ਕਰਕੇ ਜਿਹੜੇ ਚੋਰ ਨੇ, ਲੁਟੇਰੇ ਨੇ ਜਾਂ ਫਿਰ ਸਨੈਚਰ ਨੇ, ਉਹ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਹ ਸੁਸਾਇਟੀ ਦੀ CCTV ਆਈ ਔਰ ਜਿਹੜੇ ਗੱਡੀ ਦੇ ਓਨਰ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ CCTV 'ਚ ਦਿਖ ਰਿਹਾ ਹੈ ਕਿ ਇੱਕ ਪਰਨਾ ਬੰਨਿਆ ਹੋਇਆ ਇੱਕ ਜਿਹੜਾ ਸ਼ਖਸ ਹੈ, ਦੂਜਾ ਇੱਕ ਹੋਰ ਉਹਦੇ ਨਾਲ ਹੈ, ਹੱਥਾਂ 'ਚ ਜਿਹੜਾ ਪਾਨਾ ਅਤੇ ਹੋਰ ਜਿਹੜਾ ਗੱਡੀ ਖੋਲ੍ਹਣ ਦਾ ਸਮਾਨ ਲੈ ਕੇ ਕਾਫੀ ਦੇਰ ਉੱਥੇ ਪੂਰਾ ਰੈਖੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕ੍ਰੇਟਾ ਗੱਡੀ ਜਿਹੜੀ ਬਿਲਕੁਲ ਨਵੀਂ ਗੱਡੀ ਹੈ ਉਹਦੇ ਚਾਰੋ ਟਾਇਰ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਮੋਹਾਲੀ ਜ਼ਿਲ੍ਹੇ ਦੇ ਬਲਟਾਨਾ ਏਰੀਆ ਦੇ ਵਿੱਚ ਲਗਾਤਾਰ ਚੋਰੀ ਲੁੱਟ ਸਨੈਚਿੰਗ ਦੀ ਵਾਰਦਾਤਾਂ ਵੱਧਦੀ ਨਜ਼ਰ ਆ ਰਹੀ। ਇੱਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਨਵੀਂ ਗੱਡੀ ਦੇ ਚਾਰੋ ਟਾਇਰ ਅਲੋਏ ਸਮੇਤ ਚੋਰੀ ਕਰ ਜਿਹੜੇ ਚੋਰ ਸੀ ਉਹ ਫਰਾਰ ਹੋ ਗਿਆ। ਹਾਲਾਂਕਿ CCTV 'ਚ ਵੀ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਰਾਤ ਕਰੀਬ 3 ਵਜੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਗੱਡੀਆਂ ਨੂੰ ਜਿਹੜਾ ਇੰਟ ਥੱਲੇ ਰੱਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਇਹ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ, ਇੱਕ ਦਿਨ ਪਹਿਲਾਂ ਇੱਕ ਕੁਲਫੀ ਵਾਲੇ ਨੂੰ ਨਿਸ਼ਾਨਾ ਬਣਾਉਂਦੇ ਹੈ, ਦੋ ਜਿਹੜੇ ਨੌਜਵਾਨ ਉੱਥੇ ਆਉਂਦੇ ਕੁੱਟਮਾਰ ਕਰਦੇ ਹੈ ਕੁਲਫੀ ਵਾਲੇ ਤੋਂ, ਅਤੇ ਉਸ ਤੋਂ ਪੈਸੇ ਛਿਨ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਉਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆ ਰਹੀ ਜਿਹਦੇ ਵਿੱਚ ਲੋਕਾਂ 'ਚ ਸਹਿਮ ਦਾ ਮਾਹੌਲ ਹੈ, ਡਰ ਦਾ ਮਾਹੌਲ ਹੈ। ਹਾਲਾਂਕਿ ਰਾਤ ਨੂੰ ਨਹੀਂ ਬਲਕਿ ਦਿਨ ਦਿਹਾੜੇ ਵੀ ਚੋਰੀ ਦੀ ਵਾਰਦਾਤਾਂ, ਲੁੱਟ ਦੀ ਵਾਰਦਾਤਾਂ, ਸਨੈਚਿੰਗ ਦੀ ਵਾਰਦਾਤਾਂ ਸਾਹਮਣੇ ਆ ਰਹੀ ਹੈ, ਔਰ ਪੁਲਿਸ 'ਤੇ ਸਵਾਲੀਆ ਨਿਸ਼ਾਨ ਜ਼ਰੂਰ ਹੈ ਕਿ ਆਖਿਰ ਪੁਲਿਸ ਦੀ ਪੈਟਰੋਲਿੰਗ, ਪੁਲਿਸ ਦੀ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਦੀ ਹੈ। ਹਾਲਾਂਕਿ ਲੋਕਾਂ ਦਾ ਗੁੱਸਾ ਜਾਂ ਲੋਕਾਂ 'ਚ ਡਰ ਦਾ ਮਾਹੌਲ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ, ਔਰ ਪੁਲਿਸ 'ਤੇ ਲਗਾਤਾਰ ਨਿਸ਼ਾਨਾ ਸਾਧਦੇ ਨਜ਼ਰ ਆ ਰਹੇ ਕਿ ਕਿਸ ਤਰ੍ਹਾਂ ਪੁਲਿਸ ਦੀ ਇਨਵੈਸਟੀਗੇਸ਼ਨ ਜ਼ੀਰੋ ਹੈ, ਪੁਲਿਸ ਦੀ ਪੈਟਰੋਲਿੰਗ ਜ਼ੀਰੋ ਹੈ, ਜਿਸ ਕਰਕੇ ਜਿਹੜੇ ਚੋਰ ਨੇ, ਲੁਟੇਰੇ ਨੇ ਜਾਂ ਫਿਰ ਸਨੈਚਰ ਨੇ, ਉਹ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਹ ਸੁਸਾਇਟੀ ਦੀ CCTV ਆਈ ਔਰ ਜਿਹੜੇ ਗੱਡੀ ਦੇ ਓਨਰ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ CCTV 'ਚ ਦਿਖ ਰਿਹਾ ਹੈ ਕਿ ਇੱਕ ਪਰਨਾ ਬੰਨਿਆ ਹੋਇਆ ਇੱਕ ਜਿਹੜਾ ਸ਼ਖਸ ਹੈ, ਦੂਜਾ ਇੱਕ ਹੋਰ ਉਹਦੇ ਨਾਲ ਹੈ, ਹੱਥਾਂ 'ਚ ਜਿਹੜਾ ਪਾਨਾ ਅਤੇ ਹੋਰ ਜਿਹੜਾ ਗੱਡੀ ਖੋਲ੍ਹਣ ਦਾ ਸਮਾਨ ਲੈ ਕੇ ਕਾਫੀ ਦੇਰ ਉੱਥੇ ਪੂਰਾ ਰੈਖੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕ੍ਰੇਟਾ ਗੱਡੀ ਜਿਹੜੀ ਬਿਲਕੁਲ ਨਵੀਂ ਗੱਡੀ ਹੈ ਉਹਦੇ ਚਾਰੋ ਟਾਇਰ ਕੱਢ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ।